ਮੈਂ ਖਟਖੜ ਕਲਾਂ ਦਾ ਰਹਿਣ ਵਾਲਾ ਹਾਂ ਅਤੇ ਹਫ਼ਤਾ ਕੁ ਪਹਿਲਾਂ ਯੂਟਿਊਬ 'ਤੇ ਮੇਰੀ ਵੀਡੀਓ ਪਾਈ ਗਈ ਸੀ। ਮੈਂ ਉਹ ਨਸ਼ੇ ਦੀ ਲੋੜ ਵਿੱਚ ਕੀਤੀ ਆ ਅਤੇ ਥੋੜ੍ਹਾ ਜਿਹਾ ਮੈਨੂੰ ਲਾਲਚ ਵੀ ਦਿੱਤਾ ਗਿਆ, ਇਸ ਕਰਕੇ ਉਹ ਵੀਡੀਓ ਮੇਰੀ ਪਾਈ ਸੀ। ਇੱਦਾਂ ਦੀ ਸਾਡੇ ਪਿੰਡ ਕੋਈ ਗੱਲਬਾਤ ਨਹੀਂ ਹੈਗੀ, ਦੈਨਿਕ ਸਵੇਰਾ ਵਾਲਿਆਂ ਨੇ ਪਾਈ ਸੀਗੀ, ਇੱਦਾਂ ਦੀ ਕੋਈ ਗੱਲਬਾਤ ਨਹੀਂ। ਮੈਂ ਪੂਰੇ ਹੋਸ਼ ਹਵਾਸ 'ਚ ਗੱਲ ਕਰਦਾ ਹੁਣ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਸਾਡੇ ਪਿੰਡ 'ਚ। ਸਾਡੇ ਪਿੰਡ ਮੇਰੇ ਕਰਕੇ ਬਦਨਾਮੀ ਹੋਈ, ਉਹਦੇ ਲਈ ਮੈਂ ਗਲਤੀ ਮਾਫ਼ੀ ਮੰਗਦਾ ਸਾਰਿਆਂ ਤੋਂ।